ਰஞ்சிਤ 바ਵਾ ਨੇ ਪੂਰੇ ਕੀਤੇ ਇੰਡਸਟਰੀ ਦੇ ਵਿੱਚ ਪੂਰੇ 10 ਸਾਲ ਜੀ ਹਾਂ ਆਲੀ ਦੇ ਵਿੱਚ ਐਕਟਰ ਤੇ ਸਿੰਗਰ ਰஞ்சிਤ 바ਵਾ ਨੇ ਇੰਡਸਟਰੀ ਦੇ ਵਿੱਚ 10 ਸਾਲ ਕੰਪਲੀਟ ਕਰ ਰਹੇ ਨੇ ਜਿਸ ਨੂੰ ਉਹਨਾਂ ਨੇ ਇੱਕ ਪੋਸਟਰ ਦੇ ਜ਼ਰੀਏ ਸਾਂਝਾ ਕੀਤਾ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇਸ ਖੁਸ਼ੀ ਨੂੰ ਇਸ ਹੈਪੀਨੈਸ ਨੂੰ ਉਹਨਾਂ ਨੇ ਆਪਣੇ ਫੈਨਸ ਤੇ ਫਾਲੋਅਰਸ ਦੇ ਨਾਲ ਸ਼ੇਅਰ ਕੀਤਾ ਤੇ ਇੱਕ ਪੋਸਟਰ ਵੀ ਸਾਹਮਣੇ ਆਇਆ ਹੈ ਉਹਨਾਂ ਦੀ ਆਉਣ ਵਾਲੀ ਐਲਬਮ ਦਾ ਜੀ ਹਾਂ ਇਸ ਐਲਬਮ ਦਾ ਨਾਮ ਹੈ ਮਿੱਟੀ ਦਾ 바ਵਾ 2 ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਹੋਇਆ ਰஞ்சிਤ 바ਵਾ ਨੇ ਕੈਪਸ਼ਨ ਦੇ ਵਿੱਚ ਇੱਕ ਪਿਆਰਾ ਜਿਹਾ ਨੋਟ ਵੀ ਲਿਖਿਆ ਰஞ்சிਤ 바ਵਾ ਆਪਣੀ ਕੈਪਸ਼ਨ ਦੇ ਵਿੱਚ ਲਿਖਦੇ ਨੇ ਅੱਜ 13 ਜੂਨ 2023 ਨੂੰ ਗਾਇਕੀ ਦੇ ਖੇਤਰ ਵਿੱਚ 10 ਸਾਲ ਪੂਰੇ ਹੋਏ 13 ਜੂਨ 2013 ਨੂੰ ਜੱਟ ਦੀ ਅਕਲ ਪੰਜਾਬ ਰਿਕਾਰਡਸ ਨੇ ਰਿਲੀਜ਼ ਕੀਤਾ ਸੀ ਜਿਸ ਗੀਤ ਨੇ ਮੈਨੂੰ ਲੋਕਾਂ ਸਾਹਮਣੇ ਬਹੁਤ ਮਾਣ ਸਤਿਕਾਰ ਦਿੱਤਾ ਇਨ੍ਹਾਂ 10 ਸਾਲਾਂ ਵਿੱਚ ਤੁਹਾਡੇ ਲੋਕਾਂ ਵੱਲੋਂ ਅਥਾਹ ਮੁਹੱਬਤ ਪਿਆਰ ਆਲੋਚਨਾ ਹਿੱਟ ਫਲॉप ਸਭ ਕੁਝ ਖਿੜੇ ਮੱਥੇ ਪਰਵਾਨ ਕੀਤਾ ਬਹੁਤ ਸਾਰੇ ਗਾਣੇ ਤੁਸੀਂ ਸੁਪਰ ਹਿੱਟ ਕੀਤੇ ਨਾਲ ਹੀ ਬਹੁਤ ਐਸੇ ਵੀ ਗੀਤ ਰਹੇ ਜੋ ਤੁਸੀਂ ਨਹੀਂ ਵੀ ਪਸੰਦ ਕੀਤੇ ਪਹਿਲੀ ਐਲਬਮ ਮਿੱਟੀ ਦਾ 바ਵਾ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤੀ ਨਾਲ ਨਾਲ ਦੁਨੀਆ ਪਰ ਵਿੱਚ ਹਰ ਸਟੇਜ ਸ਼ੋਅ ਤੇ ਤੁਸੀਂ ਲੋਕਾਂ ਮਾਣ ਸਤਿਕਾਰ ਦਿੱਤਾ ਸਿਆਣੀ ਕਹਿੰਦੇ ਕਲਾਕਾਰ ਹਮੇਸ਼ਾ ਉਹ ਗਾਵੇ ਜੋ ਹਰ ਵਰਗ ਨੂੰ ਪਸੰਦ ਆਵੇ ਤੇ ਹਰ ਘਰ ਪਰਿਵਾਰ ਵਿੱਚ ਸੁਣਿਆ ਜਾਵੇ ਮਿੱਟੀ ਦਾ 바ਵਾ 2 ਮੇਰੇ ਦਿਲ ਦੇ ਬਹੁਤ ਕਰੀਬ ਹੈ ਅਤੇ ਬਹੁਤ ਮਿਹਨਤ ਨਾਲ ਇੱਕ ਇੱਕ ਗੀਤ ਚੁਣ ਕੇ ਇਸ ਨੂੰ ਤਿਆਰ ਕੀਤਾ ਗਿਆ ਹਰ ਗੀਤਕਾਰ ਸੰਗੀਤਕਾਰ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਵਿੱਚ ਮੈਂ ਆਸ ਕਰਦਾ ਹਾਂ ਇਹ ਵੀ ਮੇਰੀ ਜ਼ਿੰਦਗੀ ਦੀ ਇੱਕ ਅਹਿਮ ਐਲਬਮ ਹੋਵੇਗੀ ਤੇ ਪੰਜਾਬੀ ਸੰਗੀਤ ਜਗਤ ਵਿੱਚ ਖਾਸ ਜਗ੍ਹਾ ਰੱਖੇਗੀ ਪਿਆਰ ਬਣਾਈ ਰੱਖਿਓ ਪੰਜਾਬ ਪੰਜਾਬੀ ਜ਼ਿੰਦਾਬਾਦ ਮਿੱਟੀ ਦਾ ਬਾਵਾ ਮਾਲਕ ਤੰਦਰੁਸਤੀ ਦੇਵੇ ਤੇ ਤੁਹਾਡੇ ਲੋਕਾਂ ਦਾ ਪਿਆਰ ਬਣਾਈ ਰੱਖੇ ਹਾਲੇ ਬਹੁਤ ਮੰਜ਼ਲਾਂ ਨੂੰ ਫਤਿਹ ਕਰਨਾ ਸਰਬੱਤ ਦਾ ਭਲਾ ਹਰਵਿੰਦਰ ਸਿੱਧੂ ਬਾਈ ਥੈਂਕ ਯੂ ਇਸ ਤੋਂ ਇਲਾਵਾ ਉਹਨਾਂ ਨੇ ਚਰਨ ਲਖਾਰੀ ਪ੍ਰੀਤ ਹੁੰਦਲ ਮੋਹਾਲੀ ਵਾਲਾ ਤੇ ਹੋਰ ਆਪਣੀ ਟੀਮ ਨੂੰ ਟੈਗ ਕੀਤਾ ਤੇ ਉਹਨਾਂ ਲਿਖਿਆ ਵੀਜ਼ਾ ਆਰਟਸ ਪੰਜਾਬ ਬ੍ਰੈਕਟਸ ਜੱਟ ਦੀ ਅਕਲ ਵਾਲੀ ਸਾਰੀ ਟੀਮ ਦਾ ਦਿਲੋਂ ਥੈਂਕਸ ਆਲਵੇਜ਼ ਇਸ ਤੋਂ ਇਲਾਵਾ ਉਹਨਾਂ ਨੇ ਚਰਨ ਲਖਾਰੀ लवली ਨੂਰ ਪੱਪੂ ਅਸਲੀ ਅਲਫਾ ਅਲਫਾਸ ਤੇ ਹੋਰ ਕਈ ਆਰਟਿਸਟ ਨੂੰ ਟੈਗ ਕੀਤਾ ਵੱਲ ਦੱਸ ਦਈਏ ਕਿ ਮਿੱਟੀ ਦਾ 바ਵਾ ਟੂ ਨੂੰ ਪ੍ਰੈਜ਼ੈਂਟ ਕਰ ਰਹੇ ਨੇ ਰਣਜੀਤ 바ਵਾ ਯਾਨੀ ਇਨਾਂ ਦੇ ਬੈਨਰ ਹੇਠੇ ਗੀਤ ਰਿਲੀਜ਼ ਹੋਣ ਵਾਲੇ ਨੇ ਯਾਨੀ ਕਿ ਇਨਾਂ ਦੇ ਬੈਨਰ ਹੇਠੇ ਫੁੱਲ ਐਲਬਮ ਰਿਲੀਜ਼ ਹੋਣ ਵਾਲੀ ਹੈ ਇਸ ਦੇ ਵਿੱਚ ਮਿਊਜ਼ਿਕ ਦਿੱਤਾ ਆਈਕੌਨ ਨਿੱਕ ਤਮੂ ਤੇ ਐਮਵੀ ਨੇ ਲਿਰਿਕਸ ਨੇ ਚਰਨ ਲਿਖਾਰੀ ਲਵਲੀ ਨੂਰ ਮੰਗਲ ਹਟੂਰ ਮਟ ਸ਼ੇਰੋਂ ਵਾਲਾ ਕਾਲੋਂ ਬੱਬੂ ਰਣਜੀਤ ਬਾਵਾ ਤੇ ਉਸਤਾਦ ਲਾਲਚੰਦ ਯਮਲਾ ਜੱਟ ਸ਼ਿਵ ਕੁਮਾਰ ਬਟਾਲਵੀ ਸੋ ਅਜਿਹਾ ਕੁਝ ਜਿਹੜੇ ਕ੍ਰੈਡਿਟਸ ਨੇ ਇਹਨਾਂ ਨੇ ਸਾਂਝੇ ਕੀਤੇ ਨੇ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਸੀ ਐਲਬਮ ਸੁਣਾਂਗੇ ਸੋ ਫਿਲਹਾਲ ਇਸ ਦੀ ਟ੍ਰੈਕ ਲਿਸਟ ਸਾਹਮਣੇ ਨਹੀਂ ਇਹ ਜਿਵੇਂ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਆਂਗੇ ਦੇਸੀ ਚੈਨਲ ਦੇ ਜ਼ਰੀਏ ਫਿਲਹਾਲ ਇਹ ਜ਼ਰੂਰ ਦੱਸੋ ਕਿ ਤੁਹਾਨੂੰ ਰਣਜੀਤ ਬਾਵਾ ਦੇ ਗਾਣੇ ਕਿਹੋ ਜਿਹੇ ਲੱਗਦੇ ਨੇ ਤੇ ਮਿੱਟੀ ਦਾ ਬਾਵਾ 2 ਵਾਸਤੇ ਕਿੰਨੇ ਐਕਸਾਈਟਿਡ ਹੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਚ ਬਸ ਇਹ ਨਹੀਂ ਤੇ ਪਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ